ਜੀ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਜੀ ਅਸਲਾਮ ਅਲੈਕਮ ਜੀ ਸਾਰੇ ਦੋਸਤਾਂ ਨੂੰ ਉਮੀਦ ਹੈ ਕਿ ਤੁਸੀਂ ਸਭ ਖੈਰ ਖਰੀਤ ਨਾ ਹੋਗੇ ਔਰ ਜਨਾਬ ਖੁਸ਼ ਆਮਦੇ ਤੁਹਾਨੂੰ ਪਾਕ ਹਰਬਲ ਸਪੋਰਟ ਚੈਨਲ ਦੇ ਵਿੱਚ ਔਰ ਅੱਲਾਹ ਤਾਲਾ ਤੁਹਾਨੂੰ ਆਪਣੇ ਹਿਫਜ਼ੇ ਇਮਾਨ ਚ ਰੱਖੇ ਕਿ ਜਿਸ ਤਰ੍ਹਾਂ ਕਿ ਪਿਛਲੀ ਵੀਡੀਓ ਦੇ ਵਿੱਚ ਵੀ ਦੋਸਤਾਂ ਨੂੰ ਨਬਜ਼ ਦੇ ਹਵਾਲੇ ਨਾਲ ਗੱਲਬਾਤ ਕੀਤੀ ਔਰ ਜਨਾਬ ਉਹ ਸਬਕ ਨੰਬਰ 1 ਸੀ ਔਰ ਅੱਜ ਦਾ ਜਨਾਬ ਸਬਕ ਨੰਬਰ 2 ਹੈ ਜਿਹਦੇ ਵਿੱਚ ਜਨਾਬ ਅਸੀਂ ਨਬਜ਼ ਨੂੰ ਪਰਖ ਸਕਨੇ ਆ ਨਬਜ਼ ਨੂੰ ਜਾਣ ਸਕਨੇ ਆ ਨਬਜ਼ ਦੇ ਹਵਾਲੇ ਨਾਲ ਅਸੀਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਕਿ ਜਿਨ੍ਹਾਂ ਨੂੰ ਸਮਝੀਏਂਗੇ ਤੇ ਬਹੁਤ ਕੁਝ ਸਾਨੂੰ ਹਾਸਲ ਹੋ ਸਕਦਾ ਜਿਸ ਤਰ੍ਹਾਂ ਕਿ ਪਿਛਲੀ ਨਬਜ਼ ਦੇ ਵਿੱਚ ਦਿਮਾਗ ਦੇ ਹਵਾਲੇ ਨਾਲ ਗੱਲਬਾਤ ਕੀਤੀ ਗਈ ਔਰ ਅੱਜ ਸਬਕ ਨੰਬਰ 2 ਹੈ ਕਿ ਜਿਹਦੇ ਵਿੱਚ ਆ ਸੂਬੇ ਚਸ਼ਮ ਔਰ ਅੱਖਾਂ ਦੇ ਵਿੱਚੋਂ ਪਾਣੀ ਵਗਣਾ ਜਾਂ ਫੁੱਲਾ ਹੋਣਾ ਉਸ ਤੋਂ ਬਾਅਦ ਜਿਹੜੀ ਨਜ਼ਰ ਘਟ ਜਾਣੀ ਔਰ ਇਸੇ ਤਰ੍ਹਾਂ ਸ਼ਬਕੂਰੀ ਹੋਣਾ ਸਫੈਦ ਮੋਤੀਆ ਹੋਣਾ ਔਰ ਹੰਦਰਾਤਾ ਯਾਨੀ ਇਸ ਨਬਜ਼ ਦੇ ਹਵਾਲੇ ਨਾਲ ਅਸੀਂ ਜਾਣਾਂਗੇ ਕਿ ਸਫੈਦ ਮੋਤੀਆ ਹੈ ਤਾਂ ਫਿਰ ਇਹਦਾ ਇਲਾਜ ਅਸੀਂ ਕਿਸ ਤਰ੍ਹਾਂ ਕਰਾਂਗੇ ਉਹੀ ਤਰੀਕਾ ਕਰ ਜਿਸ ਤਰ੍ਹਾਂ ਕਿ ਤੁਹਾਨੂੰ ਪਿਛਲੀ ਵੀਡੀਓ ਚ ਵੀ ਦੱਸਿਆ ਗਿਆ ਕਿ ਤੁਸੀਂ ਆਪਣਾ ਨਬਜ਼ ਚਾਰੀ ਉਂਗਲਾਂ ਦੇ ਉੱਪਰ ਰੱਖਣੀਆਂ ਔਰ ਹੌਇਸਤਾ ਜਿਹਾ ਦਬਾਣਾ ਅਗਰ ਪਹਿਲੀ ਨਬਜ਼ ਦੇ ਉੱਪਰ ਯਾਨੀ ਕਿ ਅਗਰ ਤੁਹਾਨੂੰ ਮਹਿਸੂਸ ਹੋਵੇ ਧੜਕਣ ਯਾਨੀ ਪਹਿਲੀ ਉਂਗਲ ਦੇ ਉੱਪਰ ਹੀ ਸ਼ਹਾਦਤ ਵਾਲੀ ਉਂਗਲ ਦੇ ਉੱਪਰ ਹੀ ਤੇ ਫਿਰ ਤੁਸੀਂ ਇਹ ਅਸਾਬੀ ਨਬਜ਼ ਔਰ ਇਸ ਹਵਾਲੇ ਨਾਲ ਵੀ ਦੋਸਤਾਂ ਨੂੰ ਗੁਜ਼ਾਰਿਸ਼ ਕਰਾਂ ਕਿ ਬਾਜ਼ੂ ਕਾ ਤੈਸਾ ਵੀ ਹੁੰਦਾ ਹੈ ਕਿ ਜਿਸ ਤਰ੍ਹਾਂ ਅਗਰ ਬਲਗਮ ਬਹੁਤ ਜ਼ਿਆਦਾ ਪੈਦਾ ਹੋ ਰਹੀ ਔਰ ਬਲਗਮ ਜੇ ਤੇ ਬਹੁਤ ਜ਼ਿਆਦਾ ਪੈਦਾ ਹੋ ਰਹੀ ਤੋ ਉਹਦੇ ਵਿੱਚ ਦੇਖਣ ਦਾ ਤਰੀਕਾ ਕਰ ਵੀ ਇਹੀ ਹੈ ਕਿ ਅਗਰ ਨਬਜ਼ ਤੇ ਬਹੁਤ ਭਰ ਕੇ ਚੱਲ ਰਹੀ ਔਰ ਨਬਜ਼ ਬਿਲਕੁਲ ਉੱਪਰ ਚੱਲ ਰਹੀ ਤੇ ਫਿਰ ਉਹਦੇ ਵਿੱਚ ਨੋਟ ਕਰ ਲੈਣਾ ਚਾਹੀਦਾ ਕਿ ਸਾਡੇ ਇਸ ਜਿਸਮ ਦੇ ਵਿੱਚ ਨਬਜ਼ ਜਿਹੜੀ ਉਹ ਵਾਫਰ ਮਿਕਦਾਰ ਚ ਪੈਦਾ ਹੋ ਰਹੀ ਹੈ ਔਰ ਨਾਲ ਨਾਲ ਉਹਦੇ اخਰਾਜ ਵੀ ਹੋ ਰਿਹਾ ਹੈ ਅਗਰ ਜੇ ਕਿ ਬਹੁਤ ਜ਼ਿਆਦਾ ਫੁੱਲੀ ਹੋਈ ਨਬਜ਼ ਹੋਵੇ ਔਰ ਬਲਗਮ ਬਿਲਕੁਲ ਦਬਾ ਦੇਣ ਦੇ ਨਾਲ ਹਲਕਾ ਜਿਹਾ ਦਬ ਵੀ ਜਾਏ ਤੇ ਫਿਰ ਕੱਚੀ ਬਲਗਮ ਪੈਦਾ ਹੋ ਰਹੀ ਅਗਰ ਜੇ ਦਬਾ ਦੇਣ ਦੇ ਨਾਲ ਮਹਿਸੂਸ ਭਾਰੀਪਨ ਹੋਏ ਜਿਸ ਤਰ੍ਹਾਂ ਕਿ ਇਥੇ ਤੇ ਫਿਰ ਉਹਦੇ ਵਿੱਚ ਇਹ ਵੀ ਹੁੰਦਾ ਕਿ ਨਬਜ਼ ਗਾੜਾ ਨਬਜ਼ ਦੇ ਅੰਦਰ ਬਲਗਮ ਜਿਹੜੀ ਉਹ ਗਾੜੀ ਹੋ ਰਹੀ ਔਰ ਨਬਜ਼ ਦੇ ਅੰਦਰ ਅਗਰ ਦੇਖਿਆ ਜਾਵੇ ਤੇ ਫਿਰ ਇਹਦੇ ਨਾਲ ਬਲਗਮ ਗਾੜਾ ਹੋਣ ਦੇ ਨਾਲ-ਨਾਲ ਪੱਕ ਵੀ ਰਿਹਾ ਔਰ ਗਾੜਾ ਵੀ ਹੋ ਰਿਹਾ ਕੱਚਾ ਬਲਗਮ ਨਹੀਂ ਇਹਦੇ ਚ ਅਗਰ ਉਹਦੇ ਵਿੱਚ ਦੇਖਨੇ ਆ ਕਿ ਬਲਗਮ ਅਗਰ ਗਾੜਾ ਵੀ ਨਹੀਂ ਹੈ ਤੇ ਫਿਰ ਥੋੜੀ ਮਿqdਾਰ ਚ ਪੈਦਾ ਹੋ ਰਿਹਾ ਤੇ ਫਿਰ ਬਲਗਮ ਅਗਰ ਚੈੱਕ ਕਰਨ ਦਾ ਤਰੀਕਾ ਕਰ ਰਹੇ ਹੋ ਇਹ ਕਿ ਥੋੜਾ ਜਿਹਾ ਤੁਸੀਂ ਦਬਾ ਦੇਓਗੇ ਤੇ ਨਬਜ਼ ਜਿਹੜੀ ਉਹ ਬਿਲਕੁਲ ਯਾਨੀ ਕਿ ਜਿਹੜਾ ਪੌਣਾ ਤੁਹਾਡੀ ਉਂਗਲ ਦਾ ਬਿਲਕੁਲ ਇੱਥੇ ਯਾਨੀ ਕਿ ਜਿਸ ਤਰ੍ਹਾਂ ਤੁਸੀਂ ਕਹਿ ਸਕਦੇ ਜੇ ਇੱਥੇ ਮਹਿਸੂਸ ਹੋਣਾ ਔਰ ਉਹਦੇ ਵਿੱਚ ਕਮੀ ਮਹਿਸੂਸ ਹੋਣੀ ਅਗਰ ਬਹੁਤ ਜ਼ਿਆਦਾ ਪੈਦਾ ਹੋ ਰਹੀ ਤਾਂ ਫਿਰ ਭਾਰ ਕੇ ਪੂਰੇ ਪੌਣੇ ਤੇ ਚੱਲੇਗਾ ਅਗਰ ਜੇ ਥੋੜੀ ਮਿqdਾਰ ਚ ਪੈਦਾ ਹੋ ਰਹੀ ਤਾਂ ਫਿਰ ਥੋੜੇ ਪੌਣੇ ਤੇ ਚੱਲੇਗਾ ਇਸੇ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਜਾਣਨਾ ਬਹੁਤ ਜ਼ਰੂਰੀ ਕਿ ਅਗਰ ਇਹਦੇ ਵਿੱਚ ਅੱਜ ਦੀ ਨਬਜ਼ ਦੇ ਵਿੱਚ ਅਗਰ ਅਸੂਬੇ ਸ਼ਸ਼ਮ ਯਾਨੀ ਅੱਖਾਂ ਖਰਾਬ ਹੋ ਗਈਆਂ ਨੇ ਉਹਨਾਂ ਚੋਂ ਪਾਣੀ ਵਗ ਰਿਹਾ ਔਰ ਅਗਰ ਉਹਦੇ ਵਿੱਚ ਪਾਣੀ ਦੇ ਨਾਲ-ਨਾਲ ਫੋਲੇ ਯਾਨੀ ਸਫੈਦ ਰੰਗ ਦੀ ਚੱਲੀ ਬਣ ਜਾਂਦੀ ਅੱਖ ਦੇ ਅੰਦਰ ਅਗਰ ਉਹ ਸਫੈਦ ਰੰਗ ਦੀ ਚੱਲੀ ਹੈ ਤੇ ਫਿਰ ਇਹ ਅਸਾਬੀ ਨਬਜ਼ੇ ਅਸਾਬੀ ਉਜ਼ਲਤੀ ਅਗਰ ਉਹਦੇ ਵਿੱਚ ਨਜ਼ਰ ਜਿਹੜੀ ਕਮਜ਼ੋਰ ਹੋ ਗਈ ਤੇ ਫਿਰ ਬਲਗਮ ਦੀ ਜ਼ਿਆਤੀ ਦੀ وجہ ਤੋਂ ਕਮਜ਼ੋਰੀ ਅਗਰ ਤੁਹਾਡੀ ਨਬਜ਼ ਜਿਹੜੀ ਉਹ ਅਸਾਬੀ ਹੈ ਇਸੇ ਤਰ੍ਹਾਂ ਸ਼ਬਕੋਰੀ ਯਾਨੀ ਕਿ ਰਾਤ ਨੂੰ ਬਾਜ਼ੂਕਾਤ ਇਸੇ ਤਰ੍ਹਾਂ ਦਾ ਪ੍ਰੋਬਲਮ ਹੋ ਜਾਂਦਾ ਔਰ ਇਸੇ ਤਰ੍ਹਾਂ ਹੀ ਸਫੈਦ ਮੋਤੀਆ ਹੰਦਰਾਤਾ ਯਾਨੀ ਇਹ ਸਾਰੀਆਂ ਉਹ ਚੀਜ਼ਾਂ ਨੇ ਕਿ ਜਿਹੜੀਆਂ ਤੁਹਾਨੂੰ ਜਿਹੜੀ ਕਿ ਅਸਾਬੀ ਉਜ਼ਲਾਤੀ ਨਬਜ਼ ਦੇ ਵਿੱਚ ਹੋਏਗਾ ਫਿਰ ਕਹਾਂਗਾ ਜਿਹੜਾ ਗੌਰ ਨਾਲ ਦੇਖਣਾ ਜਿਸ ਤਰ੍ਹਾਂ ਕਿ ਪਿਛਲੀ ਵੀਡੀਓ ਤੁਸੀਂ ਦੋਸਤਾਂ ਨੇ ਉਹਦੇ ਉੱਤੇ ਪ੍ਰੈਕਟਿਸ ਤੇ ਹੁਣ ਤੱਕ ਕਰ ਲਈ ਹੋਣੀ ਕਿ ਆਹਸਤਾ ਜਿਹਾ ਦਬਾਣਾ ਇਸ ਜੋੜ ਤੋਂ ਥੱਲੇ ਦਬਾ ਕੇ ਆਹਸਤਾ ਇਸ ਤ ਨੂੰ ਉੱਪਰ ਚੁੱਕਣਾ ਅਗਰ ਪਹਿਲੀ ਸ਼ਹਾਦਤ ਵਾਲੀ ਉਂਗਲ ਦੇ ਉੱਪਰ ਇਹ ਜਿਹੜੀ ਨਬਜ਼ ਮਹਿਸੂਸ ਹੋ ਰਹੀ ਇਹ ਅਸਾਬੀ ਉਜਲਾਤੀ ਹੁਣ ਅਸੀਂ ਇਹਦੇ ਵਿੱਚ ਇਹ ਵੀ ਦੇਖ ਸਕਨੇ ਆ ਕਿ ਲੰਬੇ ਰਸਤੇ ਤੱਕ ਬਿਮਾਰੀ ਖੜੀ ਹੈ ਜਾਂ ਉਹਦੇ ਵਿੱਚ ਹੁਣੀ ਹੋਈ ਹੈ ਜਾਂ ਉਹਦੇ ਵਿੱਚ ਕਾਫੀ ਧੀਰ ਤੋਂ ਹੈ ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਮੱਦੇ ਨਜ਼ਰ ਰੱਖਾਂਗੇ ਅਗਰ ਬਲਗਮ ਗਾੜਾ ਹੋ ਰਿਹਾ ਹੈ ਤਾਂ ਫਿਰ ਵੀ ਅਸੀਂ ਚੈੱਕ ਕਰ ਸਕਨੇ ਆ ਅਗਰ ਬਲਗਮ ਪਤਲਾ ਹੈ ਤੱਬ ਵੀ ਚੈੱਕ ਕਰ ਸਕਨੇ ਆ ਅਗਰ ਬਲਗਮ ਪੈਦਾ ਹੋਣ ਦੇ ਨਾਲ ਨਾਲ اخਰਾਜ ਵੀ ਹੋ ਰਿਹਾ ਹੈ ਅਗਰ ਬਲਗਮ ਜਿਹੜਾ ਜਿਸਮ ਦੇ ਅੰਦਰ ਵਿੱਚ ਰੁਕ ਗਿਆ ਅਗਰ ਰੁਕ ਜਾਂਦਾ ਹੈ ਜਿਸਮ ਦੇ ਅੰਦਰ ਬਲਗਮ ਲੰਬੇ ਰਸੇ ਤੱਕ ਤੇ ਫਿਰ ਉਹਦੇ ਵਿੱਚ ਕੀ ਹੋਏਗਾ ਅੱਖਾਂ ਚ ਪਾਣੀ ਵਗੇਗਾ ਔਰ ਇਸੇ ਤਰ੍ਹਾਂ ਹੀ ਸਫੈਦ ਫੁੱਲੇ ਜਿਹੜੇ ਨੂੰ ਅੱਖਾਂ ਚ ਪੈਦਾ ਹੋ ਜਾਣਗੇ ਔਰ ਇਸੇ ਤਰ੍ਹਾਂ ਹੀ ਸ਼ਬਕੂਰੀ ਸਫੈਦ ਮੋਤੀਆ ਸਫੈਦ ਮੋਤੀਆ ਲੰਬੇ ਰਸੇ ਤੱਕ ਇਹ ਨਬਜ਼ ਬੱਚਿਆਂ ਦੀ ਨਬਜ਼ ਹੈ ਲੇਕਿਨ ਜਦੋਂ ਔਰਤ ਮਰਦ ਕਿਸੇ ਵੀ ਉਮਰ ਦੇ ਹਿੱਸੇ ਦੇ ਵਿੱਚ ਹੋ ਜਾਂਦਾ ਤੇ ਫਿਰ ਉਹਦੇ ਵਿੱਚ ਬੱਚਿਆਂ ਵਾਲੀ ਹੀ ਸਾਰੀ ਆਦਤ ਪਾਈ ਜਾਂਦੀ ਯਾਨੀ ਕਿ ਜਿਸ ਤਰ੍ਹਾਂ ਹੈ ਕਿ ਇਹਦੇ ਵਿੱਚ ਕਿ ਜਲਦ ਰੋਣ ਵਾਲਾ ਔਰ ਜ਼ਿਨੀ ਅਮراض ਪੈਦਾ ਹੋ ਜਾਣੇ ਅੱਖਾਂ ਦੇ ਅੰਦਰ ਬਿਨਾਈ ਕਮ ਹੋ ਜਾਣੀ ਔਰ ਇਸੇ ਤਰ੍ਹਾਂ ਬਲਗਮ ਦਾਸੀ ਬੜਾ ਜ਼ਰਾ ਗੌਰ ਨਾਲ ਦੇਖਣਾ ਕਿ ਬਲਗਮ ਗਾੜਾ ਤਾਂ ਨਹੀਂ ਹੋ ਰਿਹਾ ਬਲਗਮ ਪਤਲਾ ਤਾਂ ਨਹੀਂ ਹੋ ਰਿਹਾ ਜਾਂ ਬਲਗਮ ਪਤਲਾ ਹੀ ਹੈ ਔਰ ਇਹਨਾਂ ਚੀਜ਼ਾਂ ਨੂੰ ਅਸੀਂ ਉਹਨਾਂ ਦੀ ਮਿਕਦਾਰ ਵੀ ਜਾਂਚ ਸਕਨੇ ਹਾਂ ਕੁਝ ਲੋਕਾਂ ਨੇ ਇਹਦੇ ਵਿੱਚ ਬਹੁਤ ਸਾਰੀਆਂ ਤਜਵੀਜ਼ਾਂ ਦਿੱਤੀਆਂ ਵੀ ਨੇ ਔਰ ਉਸ ਹਵਾਲੇ ਦੇ ਨਾਲ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਨੋਟ ਕਰ ਸਕਨੇ ਆ ਔਰ ਇਹਨਾਂ ਚੀਜ਼ਾਂ ਨੂੰ ਅਸੀਂ ਸਮਝ ਸਕਨੇ ਆ ਬਰਾਇ ਮਿਹਰਬਾਨੀ ਇਹ ਮਸ਼ਕ ਬਾਰ ਬਾਰ ਕਰਨ ਦੇ ਨਾਲ ਇਹਦਾ ਕੋਈ ਫਾਇਦਾ ਪਹੁੰਚੇਗਾ ਔਰ ਇਨਸ਼ਾਅੱਲਾ ਤਾਲਾ ਇਹਦੇ ਉੱਪਰ ਤੁਸੀਂ ਇੱਕ ਅੱਛਾ ਖਾਸਾ ਕੰਮ ਕਰ ਸਕਦੇ ਜੇ ਔਰ ਮੈਂ ਸਮਝਣਾ ਕਿ ਅੱਜ ਸਬਕ ਨੰਬਰ 2 ਹੈ ਜਿਹਦੇ ਵਿੱਚ ਅਸੀਂ ਦੱਸਿਆ ਕਿ ਜਨਾਬ ਆਸੂ ਬੇ ਚਸ਼ਮ ਇਸੇ ਤਰ੍ਹਾਂ ਅੱਖਾਂ ਦੇ ਅੰਦਰੋਂ ਪਾਣੀ ਵਗਣਾ ਸਫੈਦ ਫੋਲਾ ਹੋ ਜਾਣਾ ਨਜ਼ਰ ਦੀ ਕਮਜ਼ੋਰੀ ਹੋ ਜਾਣਾ ਔਰ ਸ਼ਬਕੋਰੀ ਸਫੈਦ ਮੋਤੀਆ ਅਗਲੀ ਜਿਹੜੀ ਵੀਡੀਓ ਹੋਏਗੀ ਇਨਸ਼ਾਅੱਲਾ ਤਾਲਾ ਕੰਨਾਂ ਦੀ ਬਿਮਾਰੀਆਂ ਦੇ ਮੁਤਲਕ ਹੋਏਗੀ ਅਸਾਬੀ ਉਜ਼ਲਾਤੀ ਦੇ ਉੱਪਰ ਔਰ ਇਨਸ਼ਾਅੱਲਾ ਤਾਲਾ ਜਲਦ ਮਿਲਾਂਗੇ ਔਰ ਕੋਸ਼ਿਸ਼ ਇਹ ਹੀ ਕਰਨੀ ਚਾਹੀਦੀ ਕਿ ਸਾਨੂੰ ਇਨ ਇਸ ਚੀਜ਼ ਦੇ ਉੱਪਰ ਬਾਰ ਬਾਰ ਪ੍ਰੈਕਟਿਸ ਕਰਨੀ ਚਾਹੀਦੀ ਜਿਸ ਤਰ੍ਹਾਂ ਕਿ ਤੁਸੀਂ ਚਾਰੇ ਉਂਗਲਾਂ ਬਰਾਬਰ ਰੱਖਣੀਆਂ ਅਗਰ ਪਹਿਲੀ ਉਂਗਲ ਦੀ ਸ਼ਹਾਦਤ ਵਾਲੀ ਤੇ ਤੁਹਾਨੂੰ ਇਹ ਮਹਿਸੂਸ ਹੋਵੇ ਤੇ ਸਮਝ ਲਓ ਕਿ ਇਹ ਅਸਾਬੀ ਉਜ਼ਲਾਤੀ ਨਬਜ਼ ਹੈ ਔਰ ਇਸ ਹਵਾਲੇ ਨਾਲ ਫਿਰ ਤੁਸੀਂ ਕੀ ਕਰਨਾ ਕਿ ਸਾਰੇ ਜਿਸਮ ਦੀ ਜਾਂਚ ਕਰਨੀ ਔਰ ਉਸ ਹਵਾਲੇ ਨਾਲ ਤੁਸੀਂ ਇਹਦਾ ਇਲਾਜ ਕਰਨਾ ਇਨਸ਼ਾ ਅੱਲਾਹ ਤਾਲਾ ਇਸ ਤਰ੍ਹਾਂ ਇਲਾਜ ਹੋਏਗਾ ਜਿਵੇਂ ਕੋਈ ਜਾਦੂ ਹੁੰਦਾ ਲੇਕਿਨ ਸਭ ਤੋਂ ਪਹਿਲੇ ਸਾਨੂੰ ਨਬਜ਼ ਨੂੰ ਵੇਖਣਾ ਬਹੁਤ ਜ਼ਰੂਰੀ ਬਾਜ਼ੁਕਾਤ ਐਸਾ ਵੀ ਹੋ ਜਾਂਦਾ ਹੈ ਕਿ ਮਰੀਜ਼ ਦੀ ਲੰਬੇ ਅਰਸੇ ਤੱਕ ਇੱਕ ਨਬਜ਼ ਚੱਲਦੀ ਰਹੇ ਤੇ ਉਹ ਜਿਹੜੀ ਪੂਰੇ ਵਜੂਦ ਦੇ ਅੰਦਰ ਜਿਹੜਾ ਉਹਦਾ ਤਣਾਅ ਜਾਂ ਉਹਦੀ ਤਾਕਤ ਬਣ ਚੁੱਕੀ ਹੁੰਦੀ ਉਹਨੂੰ ਤੋੜਨ ਦੇ ਵਿੱਚ ਥੋੜਾ ਜਿਹਾ ਟਾਈਮ ਲੱਗਦਾ ਇਹਦੇ ਵਿੱਚ ਪਰੇਸ਼ਾਨੀ ਹੋਣਾ ਬਾਜ਼ੁਕਾਤ ਜਦੋਂ ਬਲਗਮ ਕੇ